ਅਮੀਰ ਹੋਵੇ ਜਾਂ ਗਰੀਬ, ਸਰਕਾਰੀ ਅਫਸਰ ਹੋਵੇ ਜਾਂ ਕੋਈ ਵੱਡਾ ਲੀਡਰ, ਸ਼ਾਇਦ ਹੀ ਕੋਈ ਇਹੋ ਜਿਹਾ ਬੰਦਾ ਹੋਵੇਗਾ ਜਿਸ ਨੂੰ ਬਿਜਲੀ ਦੀ ਲੋੜ ਨਾ ਹੋਵੇ। ਪੰਜਾਬ ਦੇ ਵਿੱਚ ਬੜਾ ਲੰਬਾ ਸਮਾਂ ਬਿਜਲੀ ਦਾ ਸੰਕਟ ਦੇਖਣ ਨੂੰ ਮਿਲਿਆ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਿਜਲੀ ਦੇ ਕੱਟ ਦੁਬਾਰਾ ਸ਼ੁਰੂ ਹੋ ਗਏ ਔਰ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਹਾਕਾਰ ਮਚਿਆ ਦੇਖਣ ਨੂੰ ਮਿਲਿਆ। ਜਦੋਂ ਉਹਨੇ ਗਰਮੀ ਵੱਧਦੀ ਹੈ, ਗਰਮੀ ਦੇ ਵਧਣ ਦੇ ਨਾਲ ਬਿਜਲੀ ਦੀ ਜਿਹੜੀ ਲੋੜ ਹੈ, ਉਹਦੀ ਰਿਕੁਆਇਰਮੈਂਟ ਹੈ, ਉਹ ਵੀ ਬਹੁਤ ਵੱਧ ਜਾਂਦੀ ਹੈ। ਇਸ ਵਧੀ ਹੋਈ ਮੰਗ ਦੇ ਕਰਕੇ ਤਾਰਾਂ ਦੇ ਉੱਪਰ, ਟਰਾਂਸਫਾਰਮਰ ਦੇ ਉੱਪਰ ਲੋਡ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਔਰ ਇਸ ਵਧੇ ਹੋਏ ਲੋਡ ਦੇ ਕਰਕੇ ਜਿਹੜਾ ਇਹ ਟਰਾਂਸਫਾਰਮਰਾਂ ਦੇ ਵਿੱਚ ਵੀ ਅੱਗ ਲੱਗ ਦਿਖਾਈ ਦਿੰਦੀ ਹੈ। ਨਵੀਆਂ ਭਰਤੀਆਂ ਨਾ ਹੋਣ ਦੇ ਕਰਕੇ ਵੀ ਸਟਾਫ ਜਿਹੜਾ ਲਗਾਤਾਰ ਘੱਟ ਜਾ ਰਿਹਾ। ਵੱਡੇ ਵੱਡੇ ਕਾਰੋਬਾਰੀ, ਵੱਡੀ ਵੱਡੀ ਇੰਡਸਟਰੀਆਂ, ਛੋਟੇ ਤੋਂ ਛੋਟਾ ਦੁਕਾਨਦਾਰ ਬਿਜਲੀ ਤੋਂ ਬਿਨਾਂ ਸ਼ਾਇਦ ਉਹ ਆਪਣੇ ਕੰਮਕਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ। ਬਿਜਲੀ ਅੱਜ ਦੇ ਸਮੇਂ ਦੇ ਵਿੱਚ ਐਡੀ ਵੱਡੀ ਲੋੜ ਬਣ ਚੁੱਕੀ ਹੈ ਕਿ ਅਗਰ ਇੱਕ ਮਿੰਟ ਬਿਜਲੀ ਚਲੇ ਜਾਏ ਤਾਂ ਲੋਕਾਂ ਨੂੰ ਇੰਝ ਲੱਗਦਾ ਵੀ ਸ਼ਾਇਦ ਉਹਨਾਂ ਦੀ ਜ਼ਿੰਦਗੀ 'ਚੋਂ ਇੱਕ ਹਵਾ, ਉਹਨਾਂ ਦੇ ਸਾਹ ਹੀ ਸ਼ਾਇਦ ਰੁਕ ਗਏ ਨੇ, ਹਵਾ ਉਹਨਾਂ ਦੀ ਚਲੀ ਗਈ ਹੈ। ਪੰਜਾਬ ਦੇ ਵਿੱਚ ਬੜਾ ਲੰਬਾ ਸਮਾਂ ਬਿਜਲੀ ਦਾ ਸੰਕਟ ਦੇਖਣ ਨੂੰ ਮਿਲਿਆ ਔਰ ਸਰਕਾਰਾਂ ਦੇ ਉੱਪਰ ਵੀ ਇਹਦਾ ਅਸਰ ਦੇਖਣ ਨੂੰ ਮਿਲਿਆ। ਲੋਕਾਂ ਦੇ ਵਿੱਚ ਬਿਜਲੀ ਨੂੰ ਲੈ ਕੇ ਇੱਕ ਇਹੋ ਜਿਹਾ, ਇੱਕ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਨਾਤਾ ਹੈ ਬਿਜਲੀ ਦੇ ਨਾਲ, ਵੀ ਅਗਰ ਕੋਈ ਸਰਕਾਰ ਬਿਜਲੀ ਨੂੰ ਲੈ ਕੇ ਉਹਨਾਂ ਦੀ ਜਿਹੜੀ ਮੰਗਾਂ ਪੂਰੀ ਕਰਦੀ ਰਹਿੰਦੀ ਹੈ ਤਾਂ ਉਹ ਸਰਕਾਰ ਬਾਕੀ ਫਰੰਟਾਂ ਦੇ ਉੱਪਰ ਥੋੜ੍ਹੀ ਘੱਟ ਵੀ ਹੋਵੇ ਤਾਂ ਲੋਕਾਂ ਨੂੰ ਉਹ ਸਰਕਾਰ ਪਸੰਦ ਆਉਂਦੀ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਚੋਣਾਂ ਜਿੱਤ ਕੇ 92 ਸੀਟਾਂ ਲੈ ਕੇ ਇੱਕ ਥੰਪਿੰਗ ਮੈਜੋਰਟੀ ਦੇ ਨਾਲ ਪੰਜਾਬ 'ਚ ਆਈ ਸੱਤਾ 'ਚ, ਅਤੇ ਉਹਨਾਂ ਵੱਲੋਂ ਬਿਜਲੀ ਸਸਤੀ ਕਰ ਦਿੱਤੀ ਗਈ, ਬਿਜਲੀ ਮੁਫਤ ਬਿਜਲੀ 200 ਯੂਨਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ, ਲੋਕਾਂ 'ਚ ਖੁਸ਼ੀ ਦਾ ਆਲਮ ਸੀਗਾ ਔਰ ਲੰਬਾ ਸਮੇਂ ਤੱਕ ਲਾਈਟ ਦੇ ਜਿਹੜੇ ਕੱਟ ਸੀ ਉਹ ਵੀ ਦੇਖਣ ਨੂੰ ਨਹੀਂ ਮਿਲੇ। ਪਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਿਜਲੀ ਦੇ ਕੱਟ ਦੁਬਾਰਾ ਸ਼ੁਰੂ ਹੋ ਗਏ ਔਰ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਹਾਕਾਰ ਮਚਿਆ ਦੇਖਣ ਨੂੰ ਮਿਲਿਆ। ਅਸੀਂ ਕੁਝ ਦਿਨ ਪਹਿਲੇ ਤੁਹਾਨੂੰ ਇੱਕ ਆਪਣੇ ਪੋਡਕਾਸਟ 'ਚ ਦੱਸਿਆ ਸੀ ਵੀ 54 ਸਾਲ ਦਾ ਰਿਕਾਰਡ ਗਰਮੀ ਦਾ ਟੁੱਟ ਚੁੱਕਾ ਹੈ। ਇੰਨਾ ਜ਼ਿਆਦਾ ਜਿਹੜਾ ਤਾਪਮਾਨ ਵਧਿਆ ਉਹ ਪਹਿਲੇ ਕਦੀ ਰਿਕਾਰਡ ਨਹੀਂ ਕੀਤਾ ਗਿਆ ਔਰ ਇਸ ਵੇਲੇ ਲੋਕਾਂ ਦਾ ਗਰਮੀ ਨਾਲ ਇਹ ਬੁਰਾ ਹਾਲ ਹੈ ਵੀ ਲੋਕ ਸਾਰਾ ਦਿਨ ਆਪਣੇ ਘਰਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਦੁਕਾਨਾਂ 'ਚ ਬਹਿ ਕੇ ਕੰਮ ਕਰਨਾ ਪਸੰਦ ਕਰ ਰਹੇ ਨੇ ਔਰ ਸੜਕਾਂ ਦੇ ਉੱਪਰ ਤੁਹਾਨੂੰ ਕਾਫੀ ਰਸ਼ ਘੱਟ ਦਿਖਾਈ ਦਿੰਦਾ, ਕੇਵਲ ਉਹ ਲੋਕ ਹੀ ਜਾਂਦੇ ਨੇ ਜਿਨ੍ਹਾਂ ਦਾ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਬਾਵਜੂਦ ਇਸ 'ਤੇ ਜਿਹੜਾ ਬਿਜਲੀ ਦੀ ਜਿਹੜੀ ਤੰਗੀ ਹੈ, ਬਿਜਲੀ ਦੀ ਜਿਹੜੀ ਪ੍ਰੋਬਲਮ ਹੈ ਉਹ ਆ ਰਹੀ ਹੈ, ਉਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਇਹ ਹੈ ਵੀ ਬਿਜਲੀ ਜਦੋਂ ਉਹਨੇ ਗਰਮੀ ਵੱਧਦੀ ਹੈ, ਗਰਮੀ ਦੇ ਵਧਣ ਦੇ ਨਾਲ ਬਿਜਲੀ ਦੀ ਜਿਹੜੀ ਲੋੜ ਹੈ, ਉਹਦੀ ਰਿਕੁਆਇਰਮੈਂਟ ਹੈ, ਉਹ ਵੀ ਬਹੁਤ ਵੱਧ ਜਾਂਦੀ ਹੈ ਔਰ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਹਿਲੇ ਕਦੀ ਇੱਕ ਏਸੀ ਵੀ ਨਹੀਂ ਸੀ ਹੁੰਦਾ ਔਰ ਹੁਣ ਆਮ ਤੌਰ 'ਤੇ ਹਰ ਘਰਾਂ ਦੇ ਵਿੱਚ ਦੋ ਦੋ ਚਾਰ ਚਾਰ ਏਸੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਹਿਲੇ ਲੋਕ ਇੱਕ ਕਮਰੇ ਦੇ ਵਿੱਚ ਏਸੀ ਚਲਾ ਕੇ ਸਾਰਾ ਪਰਿਵਾਰ ਉੱਥੇ ਬਹਿ ਕੇ ਗੁਜ਼ਾਰਾ ਕਰ ਲੈਂਦਾ ਸੀ, ਹੁਣ ਬੱਚਿਆਂ ਦੇ ਕਮਰੇ 'ਚ ਵੱਖਰਾ ਏਸੀ ਚੱਲਦਾ, ਬਜ਼ੁਰਗਾਂ ਦੇ ਕਮਰੇ 'ਚ ਵੱਖਰਾ ਏਸੀ ਚੱਲਦਾ ਹੈ ਔਰ ਬਾਕੀ ਘਰਾਂ ਦੇ ਵਿੱਚ, ਡਰਾਇੰਗ ਰੂਮ ਵਿੱਚ, ਹਰ ਜਗ੍ਹਾ ਏਸੀ ਦੇਖਣ ਨੂੰ ਮਿਲਦਾ ਔਰ ਇਹ ਜਿਹੜੀ ਮੰਗ ਹੈ ਬਿਜਲੀ ਦੀ ਅਗਰ ਜਿੰਨੀ ਵੱਧਦੀ ਹੈ ਗਰਮੀ ਦੇ
ਵਿੱਚ ਇਸ ਵਧੀ ਹੋਈ ਮੰਗ ਦੇ ਕਰਕੇ ਤਾਰਾਂ ਦੇ ਉੱਪਰ ਟਰਾਂਸਫਾਰਮਰ ਦੇ ਉੱਪਰ ਲੋਡ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਔਰ ਇਸ ਵਧੇ ਹੋਏ ਲੋਡ ਦੇ ਕਰਕੇ ਜਿਹੜਾ ਹੈ ਇਹ ਟਰਾਂਸਫਾਰਮਰਾਂ ਦੇ ਵਿੱਚ ਵੀ ਅੱਗ ਲੱਗਦੀ ਦਿਖਾਈ ਦਿੰਦੀ ਹੈ। ਆਏ ਦਿਨ ਨਾ ਕੇਵਲ ਜਲੰਧਰ ਬਲਕਿ ਪੂਰੇ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵੱਖ ਵੱਖ ਇਲਾਕਿਆਂ ਦੇ ਵਿੱਚ ਟਰਾਂਸਫਾਰਮਰਾਂ ਨੂੰ ਅੱਗ ਲੱਗਣ ਦੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਜਿਸ ਕਰਕੇ ਉਸ ਇਲਾਕੇ ਦੀ ਬਿਜਲੀ 2-4-5 ਘੰਟੇ ਬਾਧਿਤ ਵੀ ਹੋ ਜਾਂਦੀ ਹੈ। ਇਹ ਸਾਰਾ ਜਿਹੜਾ ਕਾਰਨ ਇਹਦਾ ਇਹੀ ਹੈ ਵੀ ਜਦੋਂ ਅਸੀਂ ਬਿਜਲੀ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਆਪਣੇ ਬਿਜਲੀ ਦੇ ਉਪਕਰਨ ਜ਼ਿਆਦਾ ਇਸਤੇਮਾਲ ਕਰਦੇ ਹਾਂ ਉਹਦੇ ਨਾਲ ਜਿੱਥੇ ਇੱਕ ਪੋਲਿਊਸ਼ਨ ਵੀ ਵੱਧਦਾ ਹੈ ਉਹਦੇ ਨਾਲ ਨਾਲ ਟਰਾਂਸਫਾਰਮਰਾਂ 'ਤੇ ਵੀ ਲੋਡ ਪੈਂਦਾ ਹੈ। ਦੋਸਤੋ ਇਸ ਵੇਲੇ ਅਗਰ ਆਪਾਂ ਗੱਲ ਕਰੀਏ ਕਿਉਂਕਿ ਇਲੈਕਸ਼ਨ ਸਿਰ 'ਤੇ ਹੈਗੇ ਨੇ ਅਤੇ ਪਾਵਰਕੌਮ ਡਿਪਾਰਟਮੈਂਟ ਦੇ ਕੋਲ ਇਸ ਵੇਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕਮੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਜਦੋਂ ਬਿਜਲੀ ਦੇ ਕੱਟ ਲੱਗਦੇ ਨੇ ਜਾਂ ਕੋਈ ਖਰਾਬੀ ਆ ਜਾਂਦੀ ਹੈ ਫਾਲਟ ਆ ਜਾਂਦਾ ਹੈ ਅਤੇ ਜਿੱਥੇ ਉਹ ਫਾਲਟ ਪਹਿਲੇ 1.5 ਘੰਟੇ ਠੀਕ ਹੁੰਦਾ ਸੀ ਹੁਣ ਉਸ ਫਾਲਟ ਨੂੰ ਠੀਕ ਹੋਣ ਨੂੰ 2-2.5 ਘੰਟੇ ਵੀ ਲੱਗ ਜਾਂਦੇ ਹੈ। ਪਹਿਲੇ ਜਿਹੜਾ ਸਟਾਫ ਸੀਗਾ ਕਿਉਂਕਿ ਆਪਾਂ ਬਿਜਲੀ ਬੋਰਡ ਦੀ ਗੱਲ ਕਰੀਏ ਅਤੇ ਇਸ ਵੇਲੇ ਪਾਵਰਕੌਮ ਦੇ ਕੋਲ ਆਲਰੇਡੀ ਜਿਹੜੇ ਸਟਾਫ ਦੀ ਕਾਫੀ ਕਮੀ ਹੈ ਜਿਹੜਾ ਸਟਾਫ ਰਿਟਾਇਰ ਹੋ ਰਿਹਾ ਨਵੀਂ ਭਰਤੀਆਂ ਨਹੀਂ ਹੋ ਪਾ ਰਹੀਆਂ ਨਵੀਆਂ ਭਰਤੀਆਂ ਨਾ ਹੋਣ ਦੇ ਕਰਕੇ ਵੀ ਸਟਾਫ ਜਿਹੜਾ ਲਗਾਤਾਰ ਘੱਟ ਜਾ ਰਿਹਾ ਔਰ ਘੱਟਦੇ ਸਟਾਫ ਦੇ ਕਰਕੇ ਹੀ ਤੁਹਾਨੂੰ ਕੰਪਲੇਂਟ ਲਿਖਾਉਣ ਲਈ ਪਰੇਸ਼ਾਨੀ ਆਉਂਦੀ ਹੈ ਫਾਲਟ ਠੀਕ ਕਰਨ ਵਾਲੇ ਲਾਈਨਮੈਨ ਨਹੀਂ ਮਿਲਦੇ ਜੇ ਹੀ ਘੱਟ ਗਏ ਨੇ ਔਰ ਜਿਹੜੇ ਠੇਕੇ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਜਿਹੜਾ ਉਹ ਇੱਕ ਲੈਵਲ ਤੱਕ ਕੰਮ ਕੀਤਾ ਜਾ ਰਿਹਾ ਜਿਹੜੇ ਕਿ ਸਕਿਲਡ ਜਿਹੜੇ ਆਪਣਾ ਜਿਹੜੇ ਪਰਮਾਨੈਂਟ ਇੰਪਲੋਈਜ਼ ਨੇ ਪਾਵਰਕੌਮ ਦੇ ਉਹਨਾਂ ਦੀ ਕਮੀ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਝੇਲਣੀ ਪੈ ਰਹੀ ਹੈ। ਸੋ ਦੋਸਤੋ ਇਹ ਸਾਰੀ ਗੱਲ ਦੇ ਪਿੱਛੇ ਕਿ ਜਿਹੜਾ ਮੇਨ ਤੱਤ ਇਹ ਹੈ ਵੀ ਅਗਰ ਸਾਨੂੰ ਲੋੜ ਹੈ ਤਾਂ ਅਸੀਂ ਏ ਸੀ ਦੀ ਵਰਤੋਂ ਕਰੀਏ ਅਗਰ ਸਾਡਾ ਕਿਸੇ ਕਮਰੇ ਦੇ ਵਿੱਚ ਕੂਲਰ ਲਗਾ ਕੇ ਗੁਜ਼ਾਰਾ ਹੁੰਦਾ ਹੈ ਤਾਂ ਕੂਲਰ ਨਾਲ ਗੁਜ਼ਾਰਾ ਕਰ ਲਈਏ ਅਗਰ ਪੱਖਾ ਚਲਾ ਕੇ ਸਾਡਾ ਗੁਜ਼ਾਰਾ ਹੁੰਦਾ ਤਾਂ ਪੱਖੇ ਨਾਲ ਗੁਜ਼ਾਰਾ ਕਰ ਲਈਏ ਅਗਰ ਇੱਕ ਏ ਸੀ ਦੇ ਨਾਲ ਸਾਰੇ ਪਰਿਵਾਰ ਦੇ ਵਿੱਚ ਅਗਰ ਉੱਥੇ ਸੋਇਆ ਜਾ ਸਕਦਾ ਹੈ ਕਮਰਾ ਵੱਡਾ ਹੈ ਤਾਂ ਉਹਨੂੰ ਜ਼ਰੂਰ ਆਪਾਂ ਕੋਸ਼ਿਸ਼ ਕਰੀਏ ਔਰ ਇਹਦੇ ਨਾਲ ਅਸੀਂ ਨਾ ਕੇਵਲ ਆਪਣਾ ਬਿਜਲੀ ਦਾ ਬਿੱਲ ਜਿਹੜਾ ਉਹ ਘਟਾਵਾਂਗੇ ਬਲਕਿ ਨਾਲ ਹੀ ਨਾਲ ਜਿਹੜੀ ਬਿਜਲੀ ਦੀ ਖਪਤ ਜਿਹੜੀ ਹੈ ਵਧੀ ਹੋਈ ਉਹਨੂੰ ਘਟਾਉਣ ਦੇ ਵਿੱਚ ਅਸੀਂ ਸਹਾਇਕ ਹੋਵਾਂਗੇ ਔਰ ਇਹ ਜਿਹੜੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਰਹੀ ਹੈ ਜਾਂ ਜਿਹੜੇ ਬਿਜਲੀ ਦੇ ਸ਼ਾਰਟ ਸਰਕਟ ਹੋ ਰਹੇ ਨੇ ਜਾਂ ਫਿਰ ਜਿਹੜੇ ਫਾਲਟ ਪੈ ਰਹੇ ਨੇ ਉਹਨਾਂ 'ਚ ਵੀ ਕਮੀ ਦੇਖਣ ਨੂੰ ਮਿਲੇਗੀ। ਇਹ ਸਾਡੀ ਨੈਤਿਕ ਜ਼ਿੰਮੇਦਾਰੀ ਹੈ। ਅਸੀਂ ਹੁਣ ਦੇਖਦੇ ਹਾਂ ਬਈ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੱਥੇ ਏ ਸੀ ਨਹੀਂ ਵੀ ਅਲਾਟਿਡ ਹੈਗਾ ਮੁਲਾਜ਼ਮ ਆਪਣੇ ਪੈਸੇ ਕੋਲੋਂ ਪਾ ਕੇ ਉੱਥੇ ਏ ਸੀ ਲਵਾ ਦਿੰਦੇ ਨੇ ਔਰ ਉੱਥੇ ਸਾਰਾ ਸਾਰਾ ਦਿਨ ਅਗਰ ਉਹ ਨਹੀਂ ਵੀ ਬੈਠੇ ਸੀਟ 'ਤੇ ਤਾਂ ਵੀ ਏ ਸੀ ਚੱਲਦਾ ਹੈ। ਕਿਤੇ ਨਾ ਕਿਤੇ ਇਹ ਨੈਸ਼ਨਲ ਵੇਸਟੇਜ ਹੈ ਔਰ ਇਸ ਵੇਸਟੇਜ ਤੋਂ ਸਾਨੂੰ ਬਚਣਾ ਚਾਹੀਦਾ। ਪਰਿਆਵਰਨ ਨੂੰ ਬਚਾਅ ਕਰਨ ਦੇ ਵਿੱਚ ਵੀ ਇਹਦਾ ਇੱਕ ਬੜਾ ਵੱਡਾ ਰੋਲ ਹੈ। ਸੋ ਦੋਸਤੋ ਅਸੀਂ ਕੋਸ਼ਿਸ਼ ਕਰੀਏ ਵੀ ਬਿਜਲੀ ਦਾ ਇਸਤੇਮਾਲ ਜਦੋਂ ਅਸੀਂ ਕਿਸੇ ਕਮਰੇ 'ਚ ਨਹੀਂ ਹੈਗੇ ਤਾਂ ਉੱਥੇ ਬੱਤੀ ਪੱਖਾ ਲਾਈਟ ਸਭ ਕੁਝ ਅਸੀਂ ਬੰਦ ਕਰ ਦਈਏ। ਇੱਦਾਂ ਨਾ ਕਰੀਏ ਬਈ ਅਸੀਂ ਬਿਜਲੀ ਨੂੰ ਆਪਾਂ ਇੱਕ ਇੱਦਾਂ ਦੀ ਵਸਤੂ ਸਮਝੀਏ ਵੀ ਨਹੀਂ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਹੈ। ਪਰਵਾਹ ਰੱਖਣੀ ਚਾਹੀਦੀ ਹੈ। ਜੇ ਫ੍ਰੀ ਬਿਜਲੀ ਵੀ ਮਿਲਦੀ ਹੈ ਤਾਂ ਵੀ ਉਹਦਾ ਸਦਉਪਯੋਗ ਸਾਨੂੰ ਕਰਨਾ ਚਾਹੀਦਾ। ਤਾਂ ਹੀ ਅਸੀਂ ਜਿਹੜਾ ਇੱਕ ਆਪਣਾ ਵਧੀਆ ਨਾਗਰਿਕ ਹੋਣ ਦਾ ਫਰਜ਼ ਅਦਾ ਕਰ ਸਕਾਂਗੇ। ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਅੱਜ ਇੱਕ ਗੱਲ ਦਾ ਪ੍ਰਣ ਕਰਾਂਗੇ ਵੀ ਅਸੀਂ ਘੱਟ ਤੋਂ ਘੱਟ ਬਿਜਲੀ ਜਿਹਦੇ ਨਾਲ ਸਾਡਾ ਜ਼ਰੂਰੀ ਹੈ ਬਸ ਜਿੰਨਾ ਅਸੀਂ ਉਨੀ ਬਿਜਲੀ ਦੇ ਨਾਲ ਇਸਤੇਮਾਲ ਕਰੀਏ ਤਾਂ ਜੋ ਇਹ ਜਿਹੜੀ ਹੋਰ ਗਰਮੀ ਹਾਲੀ ਆਉਣੀ ਹੈ ਮਾਨਸੂਨ ਤੋਂ ਪਹਿਲੇ ਉਸ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਕਰਦੇ ਆਪਣਾ ਰੋਲ ਜਿਹੜਾ ਅਦਾ ਕਰਕੇ ਅਤੇ ਨਾ ਕੇਵਲ ਪਾਵਰਕੌਮ ਬਲਕਿ ਸਰਕਾਰ ਬਲਕਿ ਸਮਾਜ ਦੀ ਵੀ ਅਸੀਂ ਜਿਹੜੀ ਮਦਦ ਕਰੀਏ।
ਸੋ ਦੋਸਤੋ, ਇਹ ਸੀ ਮੇਰਾ ਅੱਜ ਦਾ ਪੋਡਕਾਸਟ। ਅਗਰ ਤੁਹਾਨੂੰ ਅੱਛਾ ਲੱਗਿਆ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਕਿਉਂਕਿ ਤੁਹਾਡੇ ਇਹ ਲਾਈਕ ਜਾਂ ਕਮੈਂਟ ਦੇ ਨਾਲ, ਤੁਹਾਡੇ ਇਸ ਵਿਊ ਦੇ ਨਾਲ ਹੀ ਮੈਨੂੰ ਵੀ ਇਸ ਗੱਲ ਦਾ ਹੌਸਲਾ ਵਧੇਗਾ ਵੀ ਮੈਂ ਤੁਹਾਡੇ ਕੋਲ ਹੋਰ ਵਧੀਆ ਤੋਂ ਵਧੀਆ ਜਿਹੜੇ ਪੋਡਕਾਸਟ ਲੈ ਕੇ ਆਵਾਂ ਔਰ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਜਾਣਕਾਰੀ ਦੇ ਸਕਾਂ। ਅਗਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਰਹੀ ਹੈ ਕਿਸੇ ਸਰਕਾਰੀ ਵਿਭਾਗ ਤੋਂ, ਕਿਸੇ ਅਫਸਰ ਵੱਲੋਂ, ਕਿਸੇ ਕਰਮਚਾਰੀ ਵੱਲੋਂ ਤੁਹਾਡੇ ਕੋਲ ਰਿਸ਼ਵਤ ਮੰਗੀ ਜਾਂਦੀ ਹੈ, ਤੁਹਾਡਾ ਕੋਈ ਕੰਮ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਤੁਸੀਂ ਸਾਨੂੰ ਉਹਦਾ ਪਰੂਫ ਜਾਂ ਉਹਦੀ ਸ਼ਿਕਾਇਤ ਦੀ ਕਾਪੀ ਦੇ ਸਕਦੇ ਹੋ। ਅਸੀਂ ਆਪਣੇ ਪੋਡਕਾਸਟ ਦੇ ਵਿੱਚ ਤੁਹਾਡੀ ਉਹ ਸਮੱਸਿਆ ਦਾ ਜ਼ਰੂਰ ਅਸੀਂ ਦਿਖਾ ਕੇ ਉਹ ਸਮੱਸਿਆ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ। ਤੁਸੀਂ ਦੇਖਦੇ ਰਹੋ, ਬਣੇ ਰਹੋ ਹੌਟ ਨਿਊਜ਼ ਇੰਡੀਆ ਦੇ ਨਾਲ। ਨਮਸਕਾਰ।